केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। बाबा साहिब डॉक्टर भीमराव अंबेडकर जी का प्री निर्वाण दिवस जलंधर विच श्रद्धा नाल मनाया गया। इस मौके वड्डी गिनती च 71 लोकां ने बाबा साहब नूं श्रद्धांजलि भेंट कीती अते उन्हां वल्लों गरीब अते हेठले तबके दे लोकां लई कीते गए कम्मां ते चानना पाया। इस मौके भाजपा दे साबका विधायक मनोरंजन कालिया अते साबका विधायक KD भंडारी ने बाबा साहिब दे जीवन अते उन्हां वल्लों ਕੀਤੇ ਗਏ ਕੌਮ ਲਈ ਕੰਮਾਂ 'ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਦੀ ਬਹੁਤ ਸਾਰੀ ਲੀਡਰਸ਼ਿਪ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾ ਦੇ ਸੁਮਨ ਭੇਟ ਕੀਤੇ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। 6 ਦਸੰਬਰ 1954 'ਚ ਨਹੀਂ ਹੈ, ਲੇਕਿਨ ਇੱਕ ਵਿਚਾਰਧਾਰਾ ਦਿੱਤੀਆਂ ਸੰਸਥਾ ਦੇ ਰੂਪ ਦੇ ਵਿੱਚ ਅੱਜ ਵੀ ਜ਼ਿੰਦਾ ਹੈ। ਉਹਨਾਂ ਨੇ ਭਾਰਤ ਦੇ ਨਾਗਰਿਕ ਇੱਕ ਐਸੇ ਹੱਕ ਦਿੱਤੇ ਕਿ ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ। ਉਹਨਾਂ ਨੇ ਭਾਰਤ ਦਾ ਸੰਵਿਧਾਨ ਦਿੱਤਾ, ਜਿਸ ਦੁਆਰਾ ਭਾਰਤ ਦੇ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਹੱਕ ਮਿਲੇ ਆ ਵੀ ਬੋਲਣ ਦੀ ਆਜ਼ਾਦੀ ਹੈ, ਲਿਖਣ ਦੀ ਆਜ਼ਾਦੀ ਹੈ, ਬਰਾਬਰਤਾ ਦਾ ਅਧਿਕਾਰ ਹੈ, ਕਿਤੇ ਵੀ ਦੇਸ਼ 'ਚ ਆ ਜਾ ਸਕਦਾ ਹੈ, ਜਾਇਦਾਦ ਖਰੀਦ ਸਕਦਾ ਹੈ, ਲੋਕਤੰਤਰ ਦੇਸ਼ ਹੈ। ਇਹ ਸਾਰੇ ਜਿਹੜੇ ਅਧਿਕਾਰ ਹੈ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਭਾਰਤ ਦੇ ਸੰਵਿਧਾਨ ਵਿੱਚ ਦਿੱਤੇ ਔਰ ਅੱਜ ਦੇ ਦਿਹਾੜੇ ਵਿੱਚ ਜਿਹੜੇ 5 ਅਗਸਤ ਦੇ ਵਿੱਚ ਮੈਂ ਸ਼ਰਧਾ ਸੁਮਨ ਪੇਸ਼ ਕਰਦਾ ਸ਼ਰਧਾਂਜਲੀ ਦੇਣਾ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।